ਆਪਣਾ ਉਸਤਾਦ ਆਪਣੇ ਬੱਬੂ ਮਾਨ ਸਾਹਿਬ, ਇੱਧਰ ਦੂਜੀ ਟੀਮ ਦਾ ਸਾਡਾ ਕੈਪਟਨ ਹੈਗਾ ਸਾਡਾ ਵੀਰ ਜੱਸੀ ਗਿੱਲ। ਮੈਂ ਨਹੀਂ ਇਹਦੇ 'ਚ ਖੇਡ ਰਿਹਾ, ਮੈਂ ਅਤੇ ਸਿੱਧੂ ਇਹ 'ਚ ਅੰਪਾਇਰਿੰਗ ਕਰਾਂਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਇੱਕ ਟੂਰਨਾਮੈਂਟ ਸ਼ੁਰੂ ਕਰ ਰਹੇ ਹਾਂ। ਟੂਰਨਾਮੈਂਟ ਦੇ ਵਿੱਚ ਦੋ ਟੀਮਾਂ ਨੇ, ਦੋ। ਪਹਿਲੀ ਜਿਹੜੀ ਟੀਮ ਹੈ ਉਹ ਹੈਗੀ ਹੈ ਜੀ ਉਸਤਾਦ 11, ਜਿਹਦੇ 'ਚ ਸਾਰੇ ਜਿੰਨੇ ਆਪਣੇ ਉਸਤਾਦ ਲੋਕ ਹੋਏ ਆ ਜਿਹਨੇ, ਔਫਕੋਰਸ ਬਹੁਤ ਸਾਰੇ ਉਸਤਾਦ ਹੋਣਗੇ ਇੰਡਸਟਰੀ ਦੇ ਵਿੱਚ, ਪਰ ਫਿਲਹਾਲ 11 ਉਸਤਾਦ ਜਿਹੜੇ ਅਸੀਂ ਇੱਕ ਟੀਮ 'ਚ ਚੂਜ਼ ਕੀਤੇ ਆ। ਅਤੇ ਦੂਜੇ ਪਾਸੇ ਜਿਹੜੀ ਟੀਮ ਹੈ ਉਹ ਹੈਗੀ ਹੈ ਦ ਕਲਾਕਾਰਸ, ਜਿਹੜੇ ਸਾਡੇ ਹੁਣ ਦੇ ਸਿੰਗਰ ਹੈ। ਆਹ ਦੋ ਟੀਮਾਂ ਨੇ ਜੀ, ਹੈ ਨਾ, ਉਸਤਾਦ 11 ਅਤੇ ਕਲਾਕਾਰਸ। ਆਹ ਆਪਣਾ ਉਸਤਾਦ ਆਪਣੇ ਬੱਬੂ ਮਾਨ ਸਾਹਿਬ, ਇੱਧਰ ਦੂਜੀ ਟੀਮ ਦਾ ਸਾਡਾ ਕੈਪਟਨ ਹੈਗਾ ਸਾਡਾ ਵੀਰ ਜੱਸੀ ਗਿੱਲ। ਮੈਂ ਨਹੀਂ ਇਹਦੇ 'ਚ ਖੇਡ ਰਿਹਾ, ਮੈਂ ਅਤੇ ਸਿੱਧੂ ਇਹ 'ਚ ਅੰਪਾਇਰਿੰਗ ਕਰਾਂਗੇ। ਜਿਵੇਂ ਚੌਕੇ ਛਿੱਕੇ ਹੋ ਗਏ, ਆਪਣਾ ਦੂਜਾ ਆਊਟ ਵਗੈਰਾ ਹੋ ਗਿਆ, ਉਹ ਸਾਰਾ ਕੁਛ ਅਸੀਂ ਦੇਵਾਂਗੇ। ਬਾਕੀ ਇਹਦੇ 'ਚ ਹਜੇ ਹੋਰ ਬੰਦੇ ਸਾਡੇ ਜੁੜੀ ਜਾਣਗੇ ਜਿਵੇਂ ਜਿਵੇਂ। ਪਹਿਲਾ ਜਿਹੜਾ ਮੈਚ ਇਹਦਾ 4 ਜੁਲਾਈ ਨੂੰ ਆਊਗਾ, 4 ਜੁਲਾਈ ਨੂੰ। ਦੋ ਟੀਮਾਂ ਨੇ ਇਹ 'ਚ, ਉਸਤਾਦ ਅਤੇ ਕਲਾਕਾਰਸ। ਸੋ ਇਹ ਦੋਨਾਂ ਟੀਮਾਂ ਦੇ ਮੈਚ ਹੋਣਗੇ, ਇਹਨਾਂ ਨੂੰ ਆਪਸ 'ਚ ਮਤਲਬ ਇਹਨਾਂ ਦੇ ਮੈਚ ਹੋਣਗੇ। ਟੋਟਲ 5 ਮੈਚ ਹੋਣਗੇ। ਦੇਖੋ ਸ਼ੋਅ ਸ਼ੂ ਤਾਂ ਹੁਣ ਕੋਈ ਚੱਲ ਨਹੀਂ ਰਿਹਾ, ਸਾਰੇ ਬੰਦੇ ਵਿਹਲੇ ਬੈਠੇ, ਅਤੇ ਸ਼ੂਟਾਂ ਵੀ ਹੁਣ ਕਿਉਂਕਿ ਗਰਮੀ ਬਹੁਤ ਆ ਗਈ, ਸ਼ੂਟਾਂ ਵੀ ਨਹੀਂ ਚੱਲ ਰਹੀਆਂ। ਸੋ ਮੈਂ ਸਿਰਫ ਇੱਕ ਫਨ ਵਾਸਤੇ ਵੀ ਆਪਾਂ ਸਾਰੇ ਫਨ ਕਰੀਏ, ਸੋ ਮੈਂ ਇਹ 5 ਮੈਚਾਂ ਦੀ ਸੀਰੀਜ਼ ਆ ਜਿਹੜੀ ਉਹ ਬਣਾਈ ਹੈ।